ਅੱਜ ਮਦੀਰ ਪਿੰਡ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ, ਮੇਰੀਆਂ ਮਾਵਾਂ, ਭੈਣਾਂ, ਵੀਰ, ਔਰ ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਲ ਪਹਿਲਾਂ ਮੈਂ ਇੱਕ ਫਾਊਂਡੇਸ਼ਨ ਬਣਾਈ ਸੀ, ਉਹਦਾ ਨਾਮ ਹੈ ਅਲਸਰਾ ਫਾਊਂਡੇਸ਼ਨ। ਮਗਰਲੀ 8 ਤਰੀਕ ਨੂੰ ਫਾਊਂਡੇਸ਼ਨ ਨੇ ਪਹਿਲਾ ਸਾਲ ਪੂਰਾ ਕੀਤਾ ਹੈ ਅਤੇ ਇਸ ਫਾਊਂਡੇਸ਼ਨ ਦੇ ਵਿੱਚ ਅਸੀਂ ਵੱਖੋ ਵੱਖਰੇ ਤਰ੍ਹਾਂ ਦੇ ਸਿਹਤ ਸੰਭਾਲਣ ਦੇ ਕੈਂਪ ਲਾਈਦੇ ਹੈ। ਪਿਛਲੇ 5 ਮਹੀਨਿਆਂ ਤੋਂ ਮੈਂ ਔਰਤਾਂ ਦੇ ਲਈ ਹੀ ਕੈਂਪ ਲਾ ਰਹੀ ਹਾਂ। ਇਹ ਕੈਂਪ ਖਾਸ ਕੈਂਸਰ ਦੇ ਡਾਇਗਨੋਸ ਦੇ ਕੈਂਪ ਹੁੰਦੇ ਹੈ। ਇੱਕ ਤਰ੍ਹਾਂ ਦਾ ਕੈਂਸਰ ਹੁੰਦਾ ਹੈ ਸਰਵਿਕਲ ਕੈਂਸਰ, ਮੈਂ ਆਪਦੇ ਹਰੇਕ ਕੈਂਪ ਵਿੱਚ ਦੱਸਦੀ ਹਾਂ। ਇਸ ਕੈਂਸਰ ਦੇ ਨਾਲ ਆਪਣੇ ਦੇਸ਼ ਦੇ ਵਿੱਚ ਹਰ ਸਾਲ 70 ਤੋਂ 75 ਹਜ਼ਾਰ ਔਰਤਾਂ ਦੀ ਮੌਤ ਹੁੰਦੀ ਹੈ ਅਤੇ ਇਹ ਇੱਕ ਇਸ ਪ੍ਰਕਾਰ ਦਾ ਕੈਂਸਰ ਹੈ ਜਿਹਦੀ ਜੇ ਪਹਿਲੀ ਸਟੇਜ 'ਤੇ ਡਾਇਗਨੋਸ ਹੋ ਜੇ ਤਾਂ 100% ਇਲਾਜ ਮੁਮਕਿਨ ਹੈ, ਬੰਦਾ ਮਰਦਾ ਨਹੀਂ। ਇਸ ਟੈਸਟ ਦਾ ਨਾਮ ਪੈਪਸਮੀਅਰ ਹੈ। ਅੱਜ ਇੱਥੇ ਡਾਕਟਰ ਮੇਘਨਾ ਆਏ ਹੋਏ ਨੇ, ਬੈਠੇ ਨੇ ਉੱਥੇ। ਡਾਕਟਰ ਮੇਘਨਾ ਰਹੀ, ਡਾਕਟਰ ਮੇਘਨਾ ਪਲੀਜ਼। ਡਾਕਟਰ ਮੇਘਨਾ ਆਏ ਹੋਏ ਨੇ, ਇਹ ਤੁਹਾਡੇ ਟੈਸਟ ਕਰਨਗੇ। ਥੈਂਕ ਯੂ। ਮੇਰੀ ਸਾਰੀਆਂ ਭੈਣਾਂ ਅੱਗੇ, ਮਾਵਾਂ ਅੱਗੇ ਬੇਨਤੀ ਹੈ ਕਿ ਤੁਸੀਂ ਪਲੀਜ਼ ਆਪਦਾ ਇੱਕ ਨਿੱਕਾ ਜਿਹਾ ਟੈਸਟ ਹੈ ਜ਼ਰੂਰ ਕਰਾਇਆ ਜੇ। ਉਸ ਟੈਸਟ ਕਰਾਉਣ ਨਾਲ ਪਤਾ ਲੱਗ ਜੂਗਾ ਕਿ ਤਕਲੀਫ ਹੈਗੀ ਹੈ ਕਿ ਨਹੀਂ। ਜੇ ਤਕਲੀਫ ਪਰਮਾਤਮਾ ਨਾ ਕਰੇ ਹੋਵੇ, ਪਰ ਜੇ ਹੁੰਦੀ ਹੈ ਨਾ, ਘਬਰਾਉਣ ਦੀ ਕੋਈ ਲੋੜ ਨਹੀਂ, ਉਹਦਾ 100% ਇਲਾਜ ਮੁਮਕਿਨ ਹੈ ਅਤੇ ਤੁਹਾਡਾ 1 ਰੁਪਈਆ ਨਹੀਂ ਲੱਗਣ ਦਿੰਦੇ, ਇਲਾਜ ਸਾਡੀ ਫਾਊਂਡੇਸ਼ਨ ਕਰਾਊਗੀ। ਛਾਤੀ ਦਾ ਕੈਂਸਰ ਅਤੇ ਸਰਵਿਕਲ ਕੈਂਸਰ, ਇਹਨਾਂ ਦੋਵੇਂ ਕੈਂਸਰਸ ਦਾ ਅੱਜ ਡਾਇਗਨੋਸ ਹੋਊਗਾ। ਮੈਮੋਗ੍ਰਾਫੀ ਦੇ ਐਕਸਪਰਟ ਆਏ ਹੋਏ ਨੇ, ਕਿੱਥੇ ਨੇ ਪਲੀਜ਼। ਇਹ ਛਾਤੀ ਦੇ ਕੈਂਸਰ ਦਾ ਡਾਇਗਨੋਸ ਇਹ ਕਰਨਗੇ, ਪਲੀਜ਼। ਥੈਂਕ ਯੂ। ਅਤੇ ਡਾਕਟਰ ਮੇਘਨਾ ਨੇ ਉਹ ਪੈਪਸਮੀਅਰ ਕਰਨਗੇ। ਇਹ ਦੋ ਕੈਂਸਰਾਂ ਦੀ ਜਾਂਚ ਵਾਸਤੇ, ਡਾਇਗਨੋਸਿਸ ਵਾਸਤੇ ਇਹ ਡਾਕਟਰ ਸੱਦੇ ਹੈ ਫਰੀਦਕੋਟ ਮੈਡੀਕਲ ਕਾਲਜ ਤੋਂ। ਮੇਰੀ ਸਾਰਿਆਂ ਅੱਗੇ ਬਾਰ ਬਾਰ ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਜਿਹੜੇ ਡਾਕਟਰਸ ਇੰਨੀ ਦੂਰੋਂ ਚੱਲ ਕੇ ਆਏ ਹੈ, ਇਹ ਵੈਨ ਮੰਗਵਾਈ ਹੈ, ਮਸ਼ੀਨਾਂ ਮੰਗਵਾਈਆਂ, ਇੱਥੇ ਵੱਧ ਤੋਂ ਵੱਧ ਫਾਇਦਾ ਉਠਾਓ ਇਹਦਾ। ਆਪਣੇ ਏਰੀਏ ਨੂੰ ਕੈਂਸਰ ਕਰਕੇ ਜਾਣਿਆ ਜਾਂਦਾ ਹੈ, ਪਤਾ ਹੋਣਾ ਹੈ। ਆਪਾਂ ਇਹ ਚੀਜ਼ ਗਿੱਦੜਵੇ ਇਲਾਕੇ 'ਚੋਂ ਖਤਮ ਕਰਨੀ ਹੈ। ਮੇਰੀ ਫਾਊਂਡੇਸ਼ਨ ਦਾ ਇੱਕ ਟੀਚਾ ਹੈ ਕਿ ਇਸ ਏਰੀਏ 'ਚੋਂ ਕੈਂਸਰ ਨੂੰ ਖਤਮ ਕਰਨਾ ਹੈ ਅਤੇ ਤੁਹਾਡੇ ਸਾਰਿਆਂ ਦੇ ਸਾਥ ਤੋਂ ਬਿਨਾਂ ਇਹ ਹੋ ਨਹੀਂ ਸਕਦਾ। ਮੈਨੂੰ ਇੱਕ ਇੱਕ ਜਣੇ ਦੇ ਸਾਥ ਦੀ ਲੋੜ ਹੈ। ਮੈਂ ਅੱਗੇ ਲੱਗ ਕੇ ਮਿਹਨਤ ਕਰੂੰਗੀ, ਨਿਤੇ ਜੇ ਡਾਕਟਰਸ ਲਿਆਉਂਦੀ ਰਹੂੰਗੀ, ਦਵਾਈਆਂ ਫ੍ਰੀ ਵੰਡਦੀ ਰਹੂੰਗੀ, ਪਰ ਫਾਇਦਾ ਤਾਂ ਹੈ ਜੇ ਤੁਸੀਂ ਉਹਦਾ ਆ ਕੇ ਅਤੇ ਫਾਇਦਾ ਉਠਾਓਗੇ, ਆਪਦੀ ਜਾਂਚ ਕਰਵਾਓਗੇ, ਦਵਾਈਆਂ ਲਓਗੇ। ਤੁਹਾਡਾ ਪੈਸਾ ਨਹੀਂ ਲੱਗਦਾ, ਸਿਰਫ ਆਉਣਾ ਹੀ ਹੈ ਕੈਂਪ 'ਤੇ। ਕੋਈ ਜਾਣ ਪਛਾਣ ਵਾਲੇ, ਤੁਹਾਡੇ ਕੋਈ ਰਿਸ਼ਤੇਦਾਰ ਹੈ, ਕੋਈ ਭੈਣ ਭਰਾ ਹੈ, ਕੋਈ ਸਹੇਲੀਆਂ ਹੈ, ਪਲੀਜ਼ ਉਹਨਾਂ ਨੂੰ ਕੈਂਪ 'ਤੇ ਲੈ ਕੇ ਆਓ। ਕਿਸੇ ਤੋਂ ਅਸੀਂ ਰੁਪਈਆ ਨਹੀਂ ਲੈਣਾ, ਸਾਨੂੰ ਤੁਹਾਡੀ ਤੰਦਰੁਸਤੀ ਚਾਹੀਦੀ ਹੈ, ਪੰਜਾਬ ਤੰਦਰੁਸਤ ਚਾਹੀਦਾ ਹੈ। 1 ਸਾਲ ਹੋਇਆ ਫਾਊਂਡੇਸ਼ਨ ਨੂੰ ਸ਼ੁਰੂ ਕੀਤਿਆਂ ਨੂੰ, ਕੋਈ ਲੰਬਾ ਸਮਾਂ ਨਹੀਂ ਹੋਇਆ। ਕੱਲ੍ਹ ਸੁਖਨੇ ਪਿੰਡ ਦੇ ਵਿੱਚ ਇੱਕ 32 ਸਾਲ ਦੀ ਔਰਤ ਨੂੰ ਡਾਇਗਨੋਜ਼ ਹੋਇਆ ਕੈਂਸਰ। ਹੋਰਾਂ ਨੂੰ ਵੀ ਹੁੰਦਾ, ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ। ਮੇਰੇ ਕੋਈ ਰਿਸ਼ਤੇਦਾਰ ਹੈ, ਮੇਰੀ ਭਾਬੀ ਦੀ ਅਗਾਂਹ ਭਾਬੀ, ਉਹਦੇ ਬੇਟੀ ਹੋਈ, ਜਿਵੇਂ ਅੱਜ ਕੁੜੀ ਹੋਈ ਹੈ, ਅਤੇ ਅਗਲੇ ਦਿਨ ਡਾਕਟਰ ਨੇ ਉਹਨੂੰ ਡਾਇਗਨੋਜ਼ ਕਰਤਾ, ਭਾਈ ਤੈਨੂੰ ਕੈਂਸਰ ਹੈ। ਆ ਹੁਣ ਦੀ ਗੱਲ ਹੈ, ਹਲੇ 15 ਦਿਨ ਨਹੀਂ ਹੋਏ। ਮਤਲਬ ਇਹ ਨਹੀਂ ਹੁੰਦਾ ਕਿ ਜੇ ਬੱਚਾ ਹੋ ਗਿਆ ਜਾਂ, ਅਤੇ ਇਹਨੂੰ ਤਾਂ ਹੁੰਦਾ ਹੀ ਨਹੀਂ। ਨੋਰਮਲੀ ਇਹ ਆਪਣੇ ਦਿਮਾਗਾਂ 'ਚ ਖਿਆਲ ਹੁੰਦਾ ਕਿ ਜੇ ਬੱਚਾ ਹੋਵੇ ਤਾਂ ਉਦੋਂ ਬਾਅਦ ਤਾਂ ਲੇਡੀਜ਼ ਨੂੰ ਉਹਨਾਂ ਦਿਨਾਂ 'ਚ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ। ਅੱਜ ਬੱਚਾ ਹੋਇਆ, ਡਾਕਟਰ ਨੇ ਸ਼ਾਮ ਨੂੰ ਡਾਇਗਨੋਜ਼ ਕੀਤਾ ਕਿ ਤੈਨੂੰ ਕੈਂਸਰ ਹੈ। ਸੋ ਇਹ ਕਿਸੇ ਸਟੇਜ 'ਤੇ ਕਿਸੇ ਨੂੰ ਵੀ ਹੋ ਸਕਦਾ। ਆਪਦੇ ਦਿਮਾਗ 'ਚ ਇਹ ਨਾ ਸੋਚਿਆ ਜੇ ਕਿਸੇ ਨੂੰ ਹੋ ਨਹੀਂ ਸਕਦਾ, ਪਰ ਪਰਮਾਤਮਾ ਕਰੇ ਕਿਸੇ ਨੂੰ ਨਾ ਹੋਵੇ, ਪਰ ਪਲੀਜ਼ ਜਾਂਚ ਜ਼ਰੂਰ ਕਰਵਾਓ। ਜਿਹਨੂੰ ਕੈਂਸਰ ਦੀ ਪਹਿਲੀ ਸਟੇਜ 'ਤੇ ਜਿਹਨੂੰ ਡਾਇਗਨੋਜ਼ ਹੋ ਜਾਵੇ ਪਹਿਲੀ ਸਟੇਜ 'ਤੇ, ਉਹਦੇ ਵਰਗਾ ਕਰਮਾਂ ਵਾਲਾ ਕੋਈ ਨਹੀਂ। ਚੌਥੀ ਸਟੇਜ 'ਤੇ, ਤੀਜੀ ਸਟੇਜ 'ਤੇ ਉਹਦਾ ਪਤਾ ਲੱਗੇ ਨਾ, ਉਹਦਾ ਇਲਾਜ ਨਹੀਂ ਹੁੰਦਾ। ਪਹਿਲੀ ਸਟੇਜ 'ਤੇ ਪਤਾ ਲੱਗ ਜਾਵੇ, 100% ਇਲਾਜ ਹੋ ਜਾਂਦਾ। ਇੱਥੇ ਡਾਕਟਰਸ ਆਏ ਹੋਏ ਆ, ਪਲੀਜ਼ ਤੁਸੀਂ ਆਪਦੀ ਜਾਂਚ ਜ਼ਰੂਰ ਕਰਵਾਓ। ਅਤੇ ਉਹ ਤੋਂ ਬਾਅਦ
खून दे टेस्ट किए जा रहे हैं, सारे ब्लड टेस्ट कर रहे हैं डॉक्टर्स इतने बैठे ने पैथोलॉजिस्ट, प्लीज एक मिनट मेरी रिक्वेस्ट है पैथोलॉजिस्ट इतने आन कितने ने ब्लड टेस्ट कर रहे हैं प्लीज। ए पैथोलॉजिस्ट ने जी थोड़े खून की जांच करेंगे, आपके ब्लड टेस्ट इन्हों तो जरूर करवाओ, हर तरह का ब्लड टेस्ट कर रहे ने जो आपां रोजमर्रा की जिंदगी में चाहिए है वो जरूर करवाओ। एक आपका बीपी जरूर चेक कराओ, बीपी की मशीन लेके भी उत्थे टेक्नीशियन बैठे सी किथे ने हो जिहड़े बीपी चेक कर रहे ने, प्लीज एक मिनट वास्ते आपका काउंटर छड़ के आओगे, रिक्वेस्ट है मेरी। ए रिक्वेस्ट करके सदे हुए लोग है, खास तुहाडे सारिया करके आए है, प्लीज। की नाम है बीजी? ही इज डॉक्टर एम पी सिंह, थैंक यू वेरी मच डॉक्टर एम पी सिंह आने वास्ते, ये थोड़ा बीपी चेक करेंगे, थैंक यू बैठ सकते हो। बड़िया बीमारियां की जड़ बीपी का वधना घटना है, दिल का दौरा पैंदा ना सब तो पहला बीपी वधदा, डॉक्टर ये वेखदा तेरा बीपी किन्ना है। बड़ी सारी उम्र कई बार औरतों का बीपी वधदा हुंदा पर दवाई नहीं लैंदियां क्योंकि पता ही नहीं हुंदा बीपी भी कोई चीज है। बीपी जरूर चेक कराओ, जे बीपी वाधा हो दवाई जरूर सारी उम्र वास्ते खानी पैंती, वो खानी है, वो तंदुरुस्त रहोगे, एक निक्की जी गोली खाने नाल कुछ नहीं हुंदा। बीमारी वधन नालों हार्ट अटैक की स्थिति आने नालों पहला उदा इलाज किया चंगा है। बीपी चेक कर रहे आपका बीपी जरूर चेक कराओ, तो जे वो दवाई खाने की लोड़ है तो दसनगे, दवाई जरूर खानी है। अगे पंजाब च ना लंगर से जोर दिता हुंदा सी, अज भी बहुत जोर है, थां थां ते लंगर लाउंदे आ, पर अज सही जो अपने इलाके नूं लोड़ है ना दवाइयां दे लंगरां दी लोड़ है। सही जे किसी ने सही काम करना है ना तो दवाइयां दे लंगरां दी लोड़ है। रोटियां दे लंगर तां दुनिया ने बहुत लाए ते मैं तां भाई दवाइयां दे लंगर लाउणी है। वो कहंदे सी लोकी भुखे बहुत मर रहे, मैं कहा नहीं लोकी खा खा के भी मर रहे हैं, खा खा के ज्यादा मर रहे हैं, वध खान नाल, गलत खान नाल। जो पिंडां च चाह पी दी है ना मेरी गल का गुस्सा ना करे, राजा मैनूं इह कहिंदे हुंदे कि इह गल जाके कहनी नहीं, पर सच है हटदी नहीं मैं कहणों। जदों पिंडां च जाके चाह पी दी है ना तो सारा दिन कुछ खाधा नहीं जाता, जाके जिन्ना तुसीं मैनूं एक कप च मिठा पा के दे दिंदे हो ना उन्ना मैं दस दिन च नहीं पीती। तो मेरी तुहाडे सारिआं अगे एक बेनती है, मैं नहीं कहिंदी कि मेरा टेस्ट की है, मेरी एक बेनती है इन्ना मिठा ना खाया करो, शुगर की दवाई खाने नालों मिठा घटा दिओ आपदा, देसी मिठा खा लिया करो जे मिठा बहुत चंगा लगता है। देसी गुड़ खाया करो, शक्कर खा लिया करो, खंड ना खाया करो। खंड नूं बनाउण वास्ते उहनूं चिट्टा करन वास्ते कैमिकल ब्लीच वरत्या जांदा है, जिहड़ा कपड़िआं नूं कई वारी धोण वास्ते वरतदे आ ना आपां चिट्टा कढ़न वास्ते, उहदी परत चढ़ाउंदे आ। मेरी बेनती है आपदी सेहत का ख्याल रखो, जिन्नियां इत्थे मावां भैणां बैठीआं आ आपदे परिवारां नूं पालदीआं आ, बच्चिआं दी फिकर करदीआं आ कि मैं सुत्ते उठदे दे मूँह नूं दुध दा गिलास ला दिआं, भई आपदी वी सेहत का ख्याल रखो, तुहानू भी दुध की बहुत लोड़ है, पिया करो। 45 साल तो बाद जनरली लेडीज का ना कैल्शियम घटन लग पैंदा, घटता है 80-85% लेडीज का ना कैल्शियम घटता है। मेरी सारे अगे बेनती है कि बाला नहीं तो एक गिलास दुध का जरूर रोज का पिया करो, दुध दही एक चीज रोज की जरूर खाया करो। ताकत इतने कैप्सूल दे जाने हैं, जिदा किसी का एच बी घट आ, पर इस पिंड दे विच मैं वेख्या एच बी जनरली 10-11 है, 11.5 चंगा है एच बी, पर जे किसी का एच बी घट आ मैं बहनी है। एक्चुअली ना मेरा कल राती मेरा कल पैर मुड़ गया सी राती, वो मेरा मसल टीयर वो हो गया, पुल हो गया, खड़िया नहीं जाता मेरे तो पैर दुखद, तुम सोचते हो इलाज करती फिरती आपका कराया नहीं जाता। नहीं पर राती ना प्रोग्राम सी किसी का, तो थां उची नीवी सी, कल ही तुरदियां पता नहीं लग्या, पर कैंप अटेंड करना बहुत जरूरी सी क्योंकि ये वैन बड़ी औखी मंगाई है, मिस नहीं सी कर सकती। जिन्ने पिंड हो जाने उन्ने चंगे, मैं तो चाहनी ये वैन मैं हरेक पिंड च लैके जावां गिदड़वे दे,
ਇੱਕ ਇੱਕ ਦਿਨ ਇੱਕ ਵੈਨ ਰਵੇ ਤੇ ਜਿੰਨੇ ਪੇਸ਼ੈਂਟਸ ਇੱਥੋਂ ਨਿਕਲਦੇ ਐ ਉਹਨਾਂ ਦਾ ਇਲਾਜ ਕਰਾਵਾਂਗੀ। ਮੈਂ ਤਾਂ ਕਹਿੰਦੀ ਇੱਕ ਵੀ ਨਾ ਨਿਕਲੇ, ਇੱਕ ਵੀ ਨਾ ਆਵੇ। ਜਦੋਂ ਘਰੋਂ ਆਉਣੀ ਹੈ ਤਾਂ ਅਰਦਾਸ ਕਰਕੇ ਆਉਣੀ ਹੈ, ਹੇ ਪਰਮਾਤਮਾ ਇੱਕ ਪੇਸ਼ੈਂਟ ਨਾ ਵਿਖਾਈ ਅੱਜ ਜਿਹਨੂੰ ਪ੍ਰੋਬਲਮ ਹੋਵੇ। ਪਰ ਇੰਨਾ ਬਲ ਜ਼ਰੂਰ ਬਖਸ਼ੀ ਕਿ ਜੇ ਕੋਈ ਪੇਸ਼ੈਂਟ ਨਿਕਲਦਾ ਹੈ ਤਾਂ ਪੈਸਿਆਂ ਪੱਖੋਂ ਨਾ ਰਵੇ, ਉਹ ਸਾਨੂੰ ਸਮਰਥਾ ਦੇਈ ਅਸੀਂ ਉਹਦਾ 100% ਇਲਾਜ ਕਰਾ ਸਕੀਏ। ਕਰਾਂਗੇ 100% ਕਰਾਂਗੇ। ਜਿੰਨੀਆਂ ਇੱਥੇ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ, ਹਰ ਤਰ੍ਹਾਂ ਦੀ ਦਵਾਈ ਇੱਥੇ ਮੁਹੱਈਆ ਕਰਵਾਈ ਹੈ, ਹਰੇਕ ਤਰ੍ਹਾਂ ਦੀ, ਨੋਰਮਲ BP ਦੀ ਦਵਾਈ, ਬੁਖਾਰ ਦੀ ਦਵਾਈ, ਤਾਕਤ ਦੀਆਂ ਦਵਾਈਆਂ, ਆਇਰਨ, ਫੋਲਿਕ ਐਸਿਡ, ਸਾਰਾ ਕੁਛ ਹੈਗਾ ਇੱਥੇ। ਜਿਹਦਾ ਕਿਸੇ ਦਾ ਘੱਟ ਆਉਂਦਾ ਦਵਾਈ ਜ਼ਰੂਰ ਲੈ ਕੇ ਜਾਇਆ ਜੇ, ਅਤੇ ਰੁਪਈਆ ਨਹੀਂ ਲੱਗਣਾ, ਟੈਸਟ ਸਾਰੇ ਕਰਾਇਆ ਜੇ। ਆਪਦੇ ਬੱਚਿਆਂ ਨੂੰ ਖਵਾਉਣ ਪਿਆਉਣ ਤੋਂ ਪਹਿਲਾਂ ਮਾਵਾਂ ਦਾ ਖਾਣਾ ਜ਼ਿਆਦਾ ਜ਼ਰੂਰੀ ਹੈ। ਮਾਵਾਂ ਜਿਉਂਦੀਆਂ ਵਸਤੀਆਂ ਰਹਿਣੀਆਂ ਤਾਂ ਘਰ ਵਸਣਗੇ, ਮਾਵਾਂ ਤੋਂ ਬਿਨਾਂ ਕੋਈ ਇੱਕ ਡੰਗ ਦੀ ਰੋਟੀ ਨਹੀਂ ਪਕਾ ਕੇ ਦਿੰਦਾ ਨੂੰ ਕਿਸੇ ਨੂੰ, ਪਤਾ ਹੈ ਨਾ। ਤੁਸੀਂ ਬੈਠੀਆਂ ਤਾਂ ਹੀ ਘਰ ਵਸਦੇ ਹੈ, ਬੰਦੇ ਕੰਮਾਂ 'ਤੇ ਤਾਂ ਜਾਂਦੇ ਹੈ ਜੇ ਭੈਣਾਂ ਘਰ ਸਾਂਭਦੀਆਂ। ਜੇ ਕਿਤੇ 2 ਦਿਨ ਰੁੱਸ ਕੇ ਪੇਕੇ ਚਲੀਆਂ ਜਾਣ ਨਾ, ਘਰ ਮੁੱਦਾ ਵੱਜ ਜਾਂਦਾ। ਤੁਹਾਡੇ ਸਾਰਿਆਂ ਦਾ ਤੰਦਰੁਸਤ ਰਹਿਣਾ, ਤੁਹਾਡੇ ਸਾਰਿਆਂ ਦਾ ਖੁਸ਼ ਰਹਿਣਾ ਮੇਰਾ ਇੱਕ ਟੀਚਾ ਹੈ। ਮੈਂ ਕੋਈ ਵੋਟਾਂ ਨਹੀਂ ਲੈਣਾ ਜੀ, ਪਲੀਜ਼ ਇਹ ਨਾ ਸੋਚਿਆ ਜੀ। ਜਿੱਦਣ ਮੈਂ ਇਹ NGO ਸ਼ੁਰੂ ਕੀਤੀ ਸੀ ਨਾ, ਮੇਰੇ ਪਰਿਵਾਰ 'ਚੋਂ ਰਾਜੇ ਜੀ ਨੇ ਬਹੁਤ ਔਖੇ ਸੌਖੇ ਹੋ ਕੇ ਮੇਰਾ ਸਾਥ ਦਿੱਤਾ ਸੀ। ਉਹ ਕਹਿੰਦੇ ਸੀ ਪਰਿਵਾਰ 'ਚ 2 ਹੀ ਜੀ ਹੈ, ਮੈਂ ਤਾਂ ਸਾਰਾ ਦਿਨ ਤੁਰਿਆ ਫਿਰਦਾ, ਹੁਣ ਤੂੰ ਵੀ ਇਹ ਕੰਮ ਫੜ ਲਿਆ। ਪਰ ਚੰਗਾ ਲੱਗਦਾ ਮੈਨੂੰ ਬਹੁਤ। ਜਦੋਂ ਪਿਛਲੇ ਸਾਲ ਦੇ ਵਿੱਚ ਅਸੀਂ ਕੋਈ 300 ਅੱਖਾਂ ਦਾ ਆਪਰੇਸ਼ਨ ਕਰਾਇਆ ਅਤੇ 300 ਦਾ 300 ਹੀ ਕਾਮਯਾਬ ਹੈ। ਅੱਗੇ ਮੈਂ ਲੋਕਾਂ ਨੂੰ ਕਹਿੰਦੀ ਸੀ ਆ ਜਾਓ ਭਾਈ ਆਪਰੇਸ਼ਨ ਕਰਾ ਦਈਏ, ਕੋਈ ਆਉਂਦਾ ਨਹੀਂ ਸੀ, ਡਰਦਾ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਇਹ ਸਹੀ ਹੋਊਗਾ ਕਿ ਗਲਤ ਹੋਊਗਾ। ਕੱਲ੍ਹ ਜਦੋਂ ਮੈਂ ਕੱਲ੍ਹ ਪਿੰਡ 'ਚ ਗਈ ਜਿੱਥੇ ਕੈਂਪ ਸੀਗਾ ਭੁੰਦਰ ਪਿੰਡ 'ਚ, ਉੱਥੇ ਲੋਕ ਮੇਰੇ ਮਗਰ ਪੈ ਗਏ, ਕਹਿੰਦੇ ਜੀ ਸਾਨੂੰ ਹੁਣੇ ਦੱਸ ਕੇ ਜਾਓ ਕੈਂਪ ਕਦੋਂ ਦਿਓਗੇ ਸਾਨੂੰ ਅੱਖਾਂ ਦਾ। ਉੱਥੇ ਖੜਿਆ ਫਿਰ ਅਸੀਂ ਡਿਸਾਈਡ ਕੀਤਾ ਸਾਰੀ ਟੀਮ ਨੇ ਕਿ 13 ਤਰੀਕ ਨੂੰ ਉਹਨਾਂ ਨੂੰ ਕੈਂਪ ਦਿੰਦੇ ਹਾਂ। ਜਦੋਂ ਇੰਨੇ ਕਾਮਯਾਬ ਆਪਰੇਸ਼ਨ ਵੇਖੇ ਨਾ ਲੋਕਾਂ ਨੇ, ਉਹ ਤੋਂ ਬਾਅਦ ਲੋਕ ਹੁਣ ਆਪ ਮੰਗਦੇ ਕਿ ਸਾਨੂੰ ਦਿਓ ਕੈਂਪ। ਅੱਖਾਂ ਦੇ ਕੈਂਪ ਇਹ ਤੋਂ ਬਾਅਦ ਮੈਂ ਸ਼ੁਰੂ ਕਰੂੰਗੀ, ਪਰ ਪਹਿਲਾਂ ਸਾਰੀਆਂ ਥਾਵਾਂ 'ਤੇ ਇਹ ਕੈਂਸਰ ਦੇ ਡਾਇਗਨੋਸਿਸ ਦੇ ਕੈਂਪ ਕਰ ਲਈਏ। ਤੁਹਾਡੇ 'ਚੋਂ ਜੇ ਕਿਸੇ ਨੂੰ 1% ਵੀ ਟੈਸਟ ਦੀ ਕੋਈ ਸ਼ੱਕ, ਡਾਕਟਰ ਦੱਸਦਾ ਕਿ ਸ਼ੱਕ ਹੋ ਸਕਦਾ ਹੈ, ਤਾਂ ਤੁਸੀਂ ਮੈਨੂੰ ਕਦੀ ਮਰਜ਼ੀ ਕੰਟੈਕਟ ਕਰੋ। ਤੁਹਾਡਾ ਅਗਾਂਹ ਬਾਇਓਪਸੀ ਦਾ ਟ੍ਰੀਟਮੈਂਟ ਜੋ ਵੀ ਹੁੰਦਾ ਉਹ ਸਾਰਾ ਮੈਂ ਕਰਾਊਂਗੀ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਪਰਿਵਾਰ ਦਾ ਇੱਕ ਜੀਅ ਜ਼ਰੂਰ ਤੁਹਾਡੇ ਨਾਲ ਚਾਹੀਦਾ ਜਿਹੜਾ ਹੋਸਪਿਟਲ ਦੇ ਵਿੱਚ ਜਾ ਕੇ ਤੁਹਾਡੇ ਨਾਲ ਰਹਿ ਪਏ, ਠੀਕ ਹੈ। ਬਸ ਇੱਕ ਜੀਅ ਆਪਦੇ ਨਾਲ ਰੱਖਿਆ ਜੇ, ਰੁਪਈਆ ਨਹੀਂ ਲੱਗਦਾ, ਦਵਾਈਆਂ ਖਰਚਾ ਸਭ ਕੁਛ ਮੈਂ ਕਰੂੰਗੀ, ਪਰ ਤੁਸੀਂ ਧਿਆਨ ਰੱਖਣਾ ਜਦੋਂ ਡਾਕਟਰਸ ਤੁਹਾਨੂੰ ਦੱਸਣ ਉਹਨੂੰ ਪੁੱਛਣਾ ਹੈ ਕਿ ਡਾਕਟਰ ਸਾਹਿਬ ਦੱਸੋ ਮੈਨੂੰ ਤਕਲੀਫ ਤਾਂ ਨਹੀਂ ਕੋਈ, ਡਰਨਾ ਨਹੀਂ ਬਿਲਕੁਲ ਵੀ, ਕੋਈ ਡਰਨ ਦੀ ਲੋੜ ਨਹੀਂ, ਕੋਈ ਘਬਰਾਉਣ ਦੀ ਲੋੜ ਨਹੀਂ। ਆਪਣੇ ਕੋਲ 100% ਇਹਨਾਂ ਬਿਮਾਰੀਆਂ ਦਾ ਡਾਕਟਰਾਂ ਨੇ ਇਲਾਜ ਰੱਖਿਆ ਹੋਇਆ, ਬਣਾਇਆ ਹੋਇਆ, ਤੁਹਾਡੇ ਸਾਰਿਆਂ ਵਾਸਤੇ ਹੀ ਹੈ। ਜ਼ਰੂਰ ਕਰਵਾਇਆ ਜੇ ਡਰਨ ਦੀ ਕੋਈ ਲੋੜ ਨਹੀਂ। ਇਸ ਤੋਂ ਇਲਾਵਾ ਮੈਂ ਔਰਤਾਂ ਵਾਸਤੇ ਸਿਖਲਾਈ ਸੈਂਟਰ ਖੋਲ੍ਹਣ ਜਾ ਰਹੀ ਹਾਂ ਪਿੰਡਾਂ ਦੇ ਵਿੱਚ। ਉਹਦੇ ਵਾਸਤੇ ਮੈਂ ਟ੍ਰੇਨਡ ਟੇਲਰਸ, ਲੇਡੀ ਟੇਲਰਸ, ਅਤੇ ਜਿਹੜੀਆਂ ਔਰਤਾਂ ਨੂੰ ਫੁਲਕਾਰੀ ਦਾ ਟ੍ਰੇਨਡ ਕੰਮ ਆਉਂਦਾ ਹੈ, ਜਿਹੜੀਆਂ ਫੁਲਕਾਰੀ 'ਚ ਟ੍ਰੇਨਡ ਹੈ, ਮੈਂ ਉਹ ਲੱਭ ਰਹੀ ਹਾਂ, ਉਹਨਾਂ ਨੂੰ ਕੰਮ 'ਤੇ ਰੱਖਣਾ। ਜੇ ਕਿਸੇ ਨੂੰ ਆਪਣੇ ਪਿੰਡ ਦੇ ਵਿੱਚ ਆਉਂਦਾ ਹੋਵੇ ਤਾਂ ਪਲੀਜ਼ ਉਹ ਆ ਕੇ ਮੈਨੂੰ ਜ਼ਰੂਰ ਮਿਲਣ। ਤਨਖਾਹ ਦੇਵਾਂਗੇ ਲੇਡੀਜ਼ ਨੂੰ ਜਿਹੜੀਆਂ ਕੰਮ ਸਿਖਾਉਣਗੀਆਂ, ਅਤੇ ਜੇ ਕੋਈ ਸਿੱਖਣ 'ਚ ਇੰਟਰਸਟਿਡ ਹੈ ਇਸੇ ਮਹੀਨੇ ਖੋਲ੍ਹ ਦਿਆਂਗੇ। ਆਪਦਾ ਨਾਮ ਜ਼ਰੂਰ ਰਜਿਸਟਰ ਕਰਾਇਆ ਜੀ। 4 ਪਿੰਡਾਂ 'ਚ ਸੈਂਟਰ ਖੋਲ੍ਹ ਰਹੇ ਹਾਂ। ਅਤੇ ਅੰਤ ਵਿੱਚ ਤੁਹਾਡੇ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਦੇ ਕੈਂਪਸ ਲੱਗਦੇ ਰਹਿਣਗੇ ਅਤੇ ਇਹਨਾਂ ਦਾ ਵੱਧ ਚੜ੍ਹ ਕੇ ਫਾਇਦਾ ਉਠਾਓ। ਤੁਹਾਡੇ ਸਾਰਿਆਂ ਵਾਸਤੇ ਹੀ ਲੱਗਦੇ ਆ, ਦਵਾਈਆਂ ਫ੍ਰੀ ਮਿਲਦੀਆਂ ਨੇ, ਲੈ ਕੇ ਜਾਓ। ਅਤੇ ਇਸ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਦੀ ਕੋਈ ਹੈਲਥ ਪੱਖੀ ਤਕਲੀਫ ਆਉਂਦੀ ਹੈ ਇਹਨਾਂ ਕੈਂਪਾਂ ਤੋਂ ਬਿਨਾਂ, ਅਤੇ ਕਿਸੇ ਇਸ ਤਰ੍ਹਾਂ ਦੇ ਮਰੀਜ਼ ਨੂੰ ਜਾਣਦੇ ਹੋ ਜਿਹੜਾ ਆਪਦਾ ਇਲਾਜ ਨਹੀਂ ਕਰਾ ਸਕਦਾ, ਤਾਂ ਉਹ ਵੀ ਸਾਨੂੰ ਆ ਕੇ, ਸਾਡੀ ਫਾਊਂਡੇਸ਼ਨ ਦੇ ਕਿਸੇ ਮੈਂਬਰ ਨੂੰ ਆ ਕੇ ਜ਼ਰੂਰ ਮਿਲੇ। ਪਰਚੀ ਦੇ ਉੱਤੇ ਨੰਬਰ ਲਿਖਿਆ ਹੋਇਆ ਇੱਕ, ਉਸ ਨੰਬਰ 'ਤੇ ਕਾਲ ਕਰੋ। ਅਸੀਂ ਉਸ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਵੀ 100% ਫ੍ਰੀ ਕਰਾਉਣੇ ਹੈ ਜਿਹੜੇ ਆਪਦਾ ਇਲਾਜ ਆਪ ਨਹੀਂ ਕਰਵਾ ਸਕਦੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।